ਗੁੱਡ ਨਾਈਟ ਸਾਰਿਆਂ ਨੂੰ, ਕਿਉਂਕਿ ਗੁੱਡ ਨਾਈਟ ਹੋਈ ਪਈ ਆ ਤੇ ਗੁੱਡ ਨਾਈਟ ਵੇਲੇ ਅਸੀਂ ਵੀਡੀਓ ਸ਼ੁਰੂ ਕਰਨ ਲੱਗੇ ਹਾਂ। ਅਤੇ ਅੱਜ ਆਪਣੇ ਸਟਾਈਲ ਵਾਲੇ ਭਾਅ ਜੀ ਬੜੇ ਦਿਨਾਂ ਬਾਅਦ ਸਾਨੂੰ ਮਿਲਣਾ ਆ ਇੱਥੇ, ਉਹਨਾਂ ਨੇ ਆਉਣਾ ਆ ਇੱਥੇ ਨਾ ਸਾਡੇ ਜਲੰਧਰ PVR ਮੋਲ ਆ, ਇਹਨਾਂ ਨੂੰ ਲੱਗ ਪੈਂਦਾ ਅਸੀਂ ਇੱਧਰ ਉੱਦਾਂ ਆਏ ਸੀਗੇ ਅਤੇ ਇਹ ਠੀਕ ਨਹੀਂ ਸੀਗੇ ਕਿੰਨੇ ਦਿਨਾਂ ਦੇ, ਤਾਂ ਨਹੀਂ ਸੀ ਅਸੀਂ ਮਿਲੇ। ਮੈਂ ਤਾਂ ਜਨਾਬ ਦੋਵੇਂ ਜਣੇ ਅਸੀਂ ਆਏਗੇ, ਵੈਸੇ ਤਾਂ ਇੱਥੇ ਆਉਂਦੇ ਹੁੰਦੇ ਆ ਸਾਹਮਣੇ ਨਹੀਂ ਜਿਹੜਾ ਮਿਸਟਰ ਇਡਲੀ ਉੱਥੇ ਆ ਜਨਾਬ ਹੁਣਾਂ ਨੂੰ ਖਵਾਉਣ ਲਿਆਉਂਦਾ ਹੁੰਦਾ ਆ ਡੋਸਾ, ਉਹ ਮੈਂ ਵੀ ਖਾ ਲੈਂਦਾ ਹੁੰਦਾ, ਬਹੁਤ ਵਧੀਆ ਹੁੰਦਾ ਹਲਕਾ ਫੁਲਕਾ ਜਿਹਾ ਹੁੰਦਾ ਤਾਂ ਕਰਕੇ। ਬਾਕੀ ਭਾਅ ਜੀ ਆਉਂਦੇ ਆ, ਉਹ ਵੀ ਮੀਆਂ ਬੀਬੀ ਦੋਵੇਂ ਹਸਬੈਂਡ ਵਾਈਫ ਆਉਂਦੇ ਆ, ਫਿਰ ਸਲਾਹ ਕਰਾਂਗੇ ਕਿੱਥੇ ਕੋਈ ਅਲੱਗ ਜਿਹੀ ਚੀਜ਼ ਖਾਂਦੇ, ਉਹ ਵੀ ਇੱਥੇ ਦੁਕਾਨਾਂ ਹੀ ਬੜੀਆਂ ਆ। ਆਹ ਜਿੰਨੀਆਂ ਦੁਕਾਨਾਂ ਤੁਹਾਨੂੰ ਦੱਸਣ ਦਈਆਂ ਨਾ, ਸਾਰੀਆਂ ਸ਼ੋਪਾਂ ਤੋੜ ਤਾਈ, ਇੱਧਰ ਵੀ ਅਤੇ ਇੱਧਰ ਵੀ ਸਾਰੀਆਂ ਖਾਣ ਪੀਣ ਦੀਆਂ ਹੀ ਆ, ਇੱਥੇ ਸਾਰੀਆਂ ਹੀ A to Z ਹੀ। ਇਹ PVR ਜਿਹੜਾ ਆ ਨਾ ਜਲੰਧਰ 'ਚ ਹੈਗਾ ਹੀ ਮਸ਼ਹੂਰ ਖਾਣ ਪੀਣ ਨੂੰ, ਬਸ ਇੱਥੇ ਖਾਓ ਪੀਓ ਐਸ਼ ਕਰੋ ਮਿੱਤਰੋ, ਉਹ ਸਾਲ ਆ ਤਾਂ ਹੀ ਹੁਣ ਐਨੋ ਜਨਾ ਚੱਲੀਏ ਖਾ ਕੇ ਆਉਂਦੇ। ਮੈਂ ਭਾਅ ਜੀ ਆ ਗਿਆ, ਹੁਣ ਅਸੀਂ ਦੇਖਣ ਦੇ ਕਿੱਥੇ ਰੁਕਣਾ ਆ, ਕਹਿੰਦੇ ਅਸੀਂ ਚਾਹ ਪੀਣੀ ਆ, ਮੈਂ ਚਾਹ ਨਹੀਂ ਪੀਣੀ ਆਪਾਂ ਰਾਤ ਨੂੰ, ਮੈਂ ਜਾਗਣਾ ਨਹੀਂ ਆ। ਮੈਂ ਖਾਂਦਾ ਖਾਂਦਾ ਬਾਹਰ ਆ ਗਿਆ, ਭਾਅ ਜੀ ਬਾਹਰੋਂ ਖਾਂਦੇ ਨਹੀਂ, ਭਾਅ ਜੀ ਦਰਸ਼ਕਾਂ ਨੂੰ ਤਾਂ ਮਿਲ ਲਓ ਇੱਧਰ, ਕਿੰਨੇ ਦਿਨਾਂ ਬਾਅਦ ਭਾਅ ਜੀ ਦਾ ਵੈਲਕਮ ਕਰੋ ਸਾਰੇ ਜਾਣੇ। ਭਾਅ ਜੀ ਬਿਮਾਰ ਸੀ, ਹੁਣ ਭਾਅ ਜੀ ਫਿੱਟ ਫਾਟ ਆ, ਤਾਂ ਹੀ ਭਾਅ ਜੀ ਬਾਹਰ ਆ ਗਏ। ਚਾਹ ਕਿ ਕੌਫੀ? ਚਾਹ ਠੀਕ ਹੈ ਭਾਅ ਜੀ, ਇੱਕ ਕੱਪ ਤੁਹਾਡੀ ਮੇਲੀ ਵੀ ਬਣਾ ਲਓ ਯਾਰ, ਕੀ ਦਿੰਦਾ ਮੈਂ, ਜਿੱਥੇ ਚੱਲੂਗੇ ਤੁਸੀਂ ਨਾਲ ਚੱਲੂ ਮੈਂ। ਹੁਣ ਭਾਅ ਜੀ ਤੋਂ ਮੈਂ ਬਣਾ ਦਿੰਦੀ, ਆਹ ਦੇਖ ਭਾਅ ਜੀ ਮੈਨੂੰ ਕਹਿੰਦੇ ਤਾਂ ਸੀਗੇ ਕਿ ਚਲੋ ਨਹੀਂ ਖਾਂਦੇ, ਮੈਂ ਕਿਹਾ ਨਹੀਂ ਤੁਸੀਂ ਖਾਓ। ਹੁਣ ਭਾਈ ਤਿਆਰੀਆਂ ਆਪਣੀਆਂ ਉੱਧਰ? ਹਾਂ ਅੱਗੇ ਮੈਂ ਨਹੀਂ ਬਾਹਰੋਂ ਖਾਂਦਾ ਹੁੰਦਾ, ਹੁਣ ਭਾਅ ਜੀ ਨਹੀਂ ਬਾਹਰੋਂ ਖਾਂਦਾ, ਕੰਮ ਪੁੱਠਾ ਹੋ ਗਿਆ। ਨਹੀਂ ਨਹੀਂ ਮੈਂ ਬਸ 15-20 ਦਿਨ ਹੋਰ, ਫਿਰ ਤਾਂ ਹੌਲੀ ਹੌਲੀ ਸ਼ੁਰੂ ਕਰਾਂ, ਸ਼ੁਰੂ ਕਰਦਾ। ਕੋਈ ਨਹੀਂ ਮੈਂ ਹੁਣ ਹੋਣ ਦਿਆਂ ਨਾ, ਉਹ ਨਹੀਂ ਭਾਈ ਹੁਣ ਫਿੱਟ ਫੁੱਟ ਹੋ ਗਿਆ ਪੂਰੇ ਵਧੀਆ, ਇਹ ਡਾਈਟ ਖਾ ਰਹੇ ਤੁਸੀਂ? ਅਸੀਂ ਬੜੇ ਦਿਨਾਂ ਬਾਅਦ ਖਾਣ ਲੱਗਾ ਯਾਰ, ਇਹ ਦੇਖੋ ਨਜ਼ਾਰਾ ਜੀ, ਬਹੁਤ ਦੇਰ ਬਾਅਦ ਭਾਈ ਨਾ ਆਇਆ। ਭਾਜੀ ਤੁਹਾਨੂੰ ਪਤਾ ਮੇਰੀ ਵੀਡੀਓ ਬਣਾਉਂਦੇ ਹੁੰਦੇ, ਹੋਰ ਤੋਂ ਕੋਈ ਬਣਾਉਂਦਾ, ਮੇਰੇ ਯਾਰ ਦੋਸਤ ਆ ਉਹ ਆਪਣੀ ਲੱਗੇ ਰਹਿੰਦੇ ਆ, ਭਾਜੀ ਬਣਾਉਂਦੇ ਜਦੋਂ ਵੀ ਬਣਾਉਂਦੇ ਮੇਰੀ ਵੀਡੀਓ, ਬਾਅਦ ਜਦੋਂ ਓਵਰਲੋਡਿੰਗ ਕਰਨ ਗਏ ਉਦੋਂ ਵੀ ਭਾਜੀ ਬਣਾਉਂਦੇ। ਚਲੋ ਅੱਜ ਮੇਰੇ ਤੋਂ ਪਹਿਲੀ ਵਾਰੀ ਆਏ, ਪਹਿਲੀ ਵਾਰੀ ਛੋਟਿਆ ਦਾ ਮੈਂ ਵੱਡਿਆ, ਕੀ ਕਹਿੰਦੇ ਇਹਨੂੰ, ਛੋਟਾ ਜੀ ਕੁੱਲੜ, ਕੁੱਲੜ ਜਦੋਂ ਭਾਜੀ ਨਾ ਆਵਾਂ ਉਦੋਂ ਅਸੀਂ ਪੈਗ ਨਾ ਪੈਗ ਖੜਕਾਈਦੇ ਆ, ਅੱਗੇ ਭਾਜੀ ਪੈਗ ਦਾ ਰੌਲਾ ਪੈ ਗਿਆ ਯਾਰ, ਪੈਗ ਨਾ ਪੈਗ ਖੜਕਾਉਣਾ ਪੈ ਗਿਆ। ਭਾਬੀ ਵੀ ਵਿਚਾਰੀ ਘੁੰਮਣ ਨਹੀਂ ਗਈ ਹੋਣੀ ਕਿਤੇ ਵੀ ਹੁੰਦੀ ਹੈ ਨਾ, ਨਾ 15 ਦਿਨ ਘਰੇ ਸੇਵਾ ਕਰਾਉਂਦੇ ਯਾਰ, ਮਾੜੀ ਜੀ ਆਵਾਜ਼ ਹੌਲੀ ਕਰਦੀ, ਮਾੜੀ ਜੀ ਭਾਜੀ ਮਾੜੀ ਜੀ ਆਵਾਜ਼ ਹੌਲੀ ਕਰਦੀ, ਚਾਹ ਵੀ ਪਾ ਲੋ ਨਾਲੇ, ਅੱਧੀ ਅੱਧੀ ਪੇਟ ਪੂਜਾ ਕਰਨ ਆਈ ਹੈ, ਇੱਦਾਂ ਦਾ ਕੰਮ ਹੁੰਦਾ ਇਹ ਤਾਂ ਡੁੱਲਣੀ ਸੀ ਨਾ ਹੁਣ, ਬਾਕੀ ਆ ਸਾਰਾ ਕੁਛ ਨਾ ਫਰੈਸ਼ ਕੀ ਕਹਿੰਦੇ ਹੁੰਦੇ ਆ, ਹਾਂ ਪ੍ਰੋਟੀਨ ਸਲਾਦ ਜਿਹੜਾ ਹੁੰਦਾ ਆ ਉਹ ਵਾਲਾ, ਅਤੇ ਇਹਦੇ ਵਿੱਚ ਵੀ ਉਹੀ ਆ ਸੇਮ, ਇੱਥੇ ਭਲਵਾਨ ਹੀ ਆਉਂਦੇ ਸਾਰੇ ਖਾਣ, ਅਸੀਂ ਉੱਦਾਂ ਖਾਣ ਆ ਗਏ ਹਾਂ।
ਹੁਣ ਤਾਂ ਘਟ ਗਈ ਭਾਜੀ ਯਾਰ ਭਾਈ ਮੈਂ 9 ਕਿਲੋ ਭਰ ਘਟ ਗਿਆ ਡਾਈਟਿੰਗ ਹਾਂ ਨਹੀਂ ਡਾਈਟਿੰਗ ਨਹੀਂ ਘਰੇ ਖਾਣ ਨਾਲ ਹਾਂ ਘਰੇ ਦੇਖ ਲੋ ਕਿੰਨਾ ਫਰਕ ਪੈਂਦਾ ਹੈ मेनू ना कोई बिजनेस रिलेटेड काम पै गया बस उन्ना की खा पी के निकल आए भाजी हुण शू अंतर हो गया सब तो पहला बिजनेस जरूरी है यार बाकी कल की है जन्माष्टमी कल कहते आओ फिर उन्दर च प्रोग्राम शायद अं कल फ्री हो जाएंगे इधर भी चली गए टाइम वाहवा हो गया निकल गया हम आप चलो कहते तेन मॉडल फैमिली हैगी घूमने फिरने वाले जिदा अही है वह भी बंद इधर अही है थोड़े जिदा ना पेंडू स्टाइल च रहे हैं उदों के वह इदा होर हिसाब द समझ गए ना वो इतने की जाना तो उत्थे की करना वह चीज़ा ये है थोड़े जे एडवांस भी कह लो शहर चक्के गड्डी आ जाएगी देख लो ਸ਼ਹਿਰ ਚ ਸਹੂਲਤਾਂ ਸਹਾਲਤਾਂ ਵਧੀਆ ਆ ਲਾਗੇ ਲਾਗੇ ਦੁਕਾਨਾਂ ਆ ਹਰੇਕ ਚੀਜ਼ ਲਾਗੇ ਲਾਗੇ ਹੈਗੀ ਆ ਜੇ ਉਹ ਸਾਨੂੰ ਆ ਏਰੀਆ ਘੁਮਾਉਂਦੇ ਫਿਰ ਗਾਹਾਂ ਅਸੀਂ ਉਹਨਾਂ ਨੂੰ ਪਿੰਡ ਏਰੀਆ ਘੁਮਾਵਾਂਗੇ ਚਲੋ ਪਾਰਟੀ ਸਮਾਪਤ ਚਲੀਏ ਹੁਣ ਘਰ ਨੂੰ ਬਾਕੀ ਉਹ ਕੱਲ੍ਹ ਜਿਹੜੀ ਵੀਡੀਓ ਪਾਈ ਸੀ ਨਾ ਉਹ 0-300 ਵਾਲਿਆਂ ਦੇ ਪਿੰਡ ਦੇ ਕੋਲ ਸੀਗੇ ਜੀ ਉੱਥੇ ਉਹ ਜਿਹੜੇ ਵੀਰ ਸੀ ਨਾ ਅਸੀਂ ਉੱਥੇ ਖੜੇ ਸੀਗੇ ਸਾਨੂੰ ਕੰਮ ਸੀਗਾ ਅਤੇ ਉਹ ਨਿਕਲੇ ਵੀਡੀਓ ਵੇਖਦੇ ਹੁੰਦੇ ਆ ਆਪਣੀਆਂ ਸਾਰੀਆਂ ਹੀ ਅਤੇ ਉਹ ਫਿਰ ਬਾਹਰ ਨਿਕਲ ਕੇ ਵਾਹਵਾ ਚਿਰ ਖੜੇ ਉੱਥੇ ਜਾਮ ਲਾ ਦਿੱਤਾ ਉਹਨਾਂ ਨੇ ਅਤੇ ਤਾਂ ਕਰਕੇ ਨਾ ਉਹ ਕਹਿੰਦੇ ਵੀ ਅਸੀਂ ਉਹਨਾਂ ਦੇ ਪਿੰਡ ਦੇ ਹਾਂ ਵਾਹਵਾ ਚਿਰ ਗੱਲਾਂ ਬਾਤਾਂ ਕਰਦੇ ਰਹੇ ਅਤੇ ਇਹ ਅਸੀਂ ਤਾਂ ਮੈਂ ਵੀਡੀਓ 'ਚ ਲਿਖ ਕੇ ਪਾਇਆ ਸੀ ਮੁੰਡੇ ਕਹਿੰਦੇ ਅਸੀਂ ਉਹਨਾਂ ਦੇ ਪਿੰਡ ਦੇ ਹਾਂ ਜ ਬਾਹਰੋਂ ਆਪਣੇ ਸ਼ਰੀਕੇ 'ਚ ਹੀ ਫੋਨ ਆਇਆ ਉਹਨਾਂ ਨੂੰ ਪਤਾ ਨਹੀਂ ਇੱਥੇ ਕਿਤੇ ਕੋਈ ਗੱਲਬਾਤ ਹੋਈ ਕੋਈ ਅਤੇ ਕਿਸੇ ਨੇ ਧਮਕੀ ਦਿੱਤੀ ਮੇਰੇ ਵੱਲੋਂ ਦੇ ਦਿੱਤੀ ਕਿਸੇ ਨੇ ਧਮਕੀ ਵੀ ਖੂਹ ਵਾਲੇ ਅਸੀਂ ਖੂਹ ਵਾਲੇ ਹਾਂ ਚੱਕ ਦਾਂਗੇ ਪਤਾ ਨਹੀਂ ਕੀ ਕੁਛ ਮੈਨੂੰ ਕਲੀਅਰ ਹਜੇ ਵੀ ਨਹੀਂ ਪਤਾ ਮੈਨੂੰ ਆਪਣੇ ਬੰਦਿਆਂ ਦਾ ਬਾਹਰੋਂ ਫੋਨ ਆਇਆ ਵੀ ਇੱਦੇ ਤੱਕ ਗੱਲਬਾਤ ਹੋ ਗਈ ਮੈਂ ਤਾਂ ਗੁਰੂਆ ਇੱਥੇ ਹੈ ਹੀ ਨਹੀਂ ਮੈਂ ਤਾਂ ਹੈ ਹੀ ਲੁਧਿਆਣੇ ਸੀਗਾ ਇੱਧਰੋਂ ਦੀ ਨਿਕਲੀਏ ਕਿਸੇ ਦੀ ਕਿਸੇ ਨਾਲ ਲੜਾਈ ਹੋਈ ਤੇ ਨਾ ਹਰਾਨ ਹੈਗਾ ਯਾਰ ਕਮਾਲ ਆ ਯਾਰ ਮੈਨੂੰ ਬਦਮਾਸ਼ ਬਣਾਤਾ ਹੈ ਇਹ ਤਾਂ ਲੜਾਈ ਤਾਂ ਬੜੀ ਦੂਰ ਰਹੀ ਹੈ ਉਹ ਵੀ ਗੱਲ ਆ ਵੀ ਜਿੱਦਾਂ ਜਿੱਦਾਂ ਮੂਸੇ ਵਾਲੇ ਨਾਲ ਹੁੰਦੀ ਹੁੰਦੀ ਸੀ ਉਹ ਭੱਜਦਾ ਸੀਗਾ ਅੱਗੇ ਅੱਗੇ ਉਹਦੇ ਪਿੱਛੇ ਪਿੱਛੇ ਉਹ ਕੀ ਸੀਗਾ ਉਹ ਕੌਂਟਰਵਰਸੀਆਂ ਤਾਂ ਮੈਂ ਦੂਰ ਰਹਿੰਦਾ ਜਿੰਨੀ ਗੱਲ ਠੰਡ ਨਾਲ ਮੁੱਕਦੀ ਹੋਵੇ ਮਕਾਈ ਦੀ ਏ ਜਦੋਂ ਫੇਰ ਹੱਦ ਪਾਰ ਹੁੰਦੀ ਫੇਰ ਗੁੱਸਾ ਆਉਂਦਾ ਵਾ ਓਦਾਂ ਨਹੀਂ ਤਾਂ ਪਹਿਲਾਂ ਹੀ ਠੰਡੇ ਹੋ ਕੇ ਗੱਲ ਮਕਾਈ ਦੀ ਆ ਲੇਡੀਜ਼ ਦੀ ਹੋਵੇ ਪਬਲਿਕਲੀ ਜਾਣੀ ਆ ਹਨਾ ਕਿਸੇ ਦਾ ਮਨ ਕਰੇ ਕਿਸੇ ਕੋਈ ਕਿਸੇ ਤਰ੍ਹਾਂ ਦਾ ਕਮੈਂਟ ਕਰ ਦੇਵੇ ਕੋਈ ਕੁਛ ਕੋਈ ਵਧੀਆ ਜੇ 100 ਆਉਂਦਾ ਆ ਨਾ ਕਮੈਂਟ 100 ਚੋਂ 5 ਤਾਂ ਮਾੜੇ ਆਉਂਦੇ ਤੇ ਉਹ ਜਰ ਜਰ ਕੇ ਜਿਹੜਾ ਹੁੰਦਾ ਨਾ ਸੁਭਾਅ ਇੱਦਾਂ ਦਾ ਹੋ ਗਿਆ ਜਰਨ ਵਾਲਾ ਕੋਈ ਕੁਛ ਕਹਿ ਦੇ ਨਾ ਜਲ ਤੇ ਚਲ ਛੱਡ ਪਰਨਾ ਉਹ ਸੁਭਾਅ ਹੁਣ ਇੱਦਾਂ ਦਾ ਹੋ ਗਿਆ ਨਹੀਂ ਤਾਂ ਪਹਿਲਾਂ ਤਾਂ ਕਹੀਦਾ ਸੀ ਤੂੰ ਮੂੰਹ ਕੱਢ ਸਹੀ ਕੁਛ ਦਿਮਾਗ 'ਤੇ ਉਹ ਹੁੰਦਾ ਹੈਗਾ ਵੀ ਅੱਜ ਕਿਸੇ ਨਾਲ ਲੜਨਾ ਮਿੰਟ 'ਚ ਲੜ ਪਈਦਾ ਹੈਗਾ ਉਹ ਵੀ ਦਿਨ ਹੁੰਦੇ ਹੈਗੇ ਉਦੋਂ ਦਿਮਾਗ ਹੀ ਉੱਦਾਂ ਦਾ ਹੁੰਦਾ ਸੀ ਉਦੋਂ ਮੈਂ ਕਿਹਾ ਚਿੱਟੇ ਰੰਗ ਦੀ ਜੀਪ ਹੁੰਦੀ
ਚੜ੍ਹਦੀ ਜਵਾਨੀ ਉਦੋਂ ਤਾਂ ਬੰਦਾ ਕਹਿੰਦਾ ਆ ਜਾਵੇ ਜਿਹੜਾ ਆਉਂਦਾ ਹੁਣ ਚੱਕ ਫੱਟੇ ਦੇਵਾਂਗੇ ਬੜਾ ਬਦਲ ਜਾਂਦਾ ਸਾਰਾ ਕੁਛ ਬਦਲ ਜਾਂਦਾ ਜਦੋਂ ਤਾਂ ਹੀ ਕਹਿੰਦੇ ਹੁੰਦੇ ਜਦੋਂ ਮੁੰਡਾ ਵਿਗੜ ਜਾਵੇ ਕਰਦੇ ਕਹਿੰਦੇ ਉਹਦਾ ਵਿਆਹ ਕਰ ਦਿਓ ਜੇ ਮੁੰਡਾ ਨਸ਼ੇ ਕਰਦਾ ਨਾ ਵੀ ਤਾਂ ਵੀ ਕਹੋਗੇ ਵਿਆਹ ਕਰ ਦਿਓ ਵੀ ਕੁੜੀ ਦਾ ਸਾ ਕੇ ਉਹਨੂੰ ਨਸ਼ਿਆਂ ਤੋਂ ਹਟਾ ਲੂਗੀ ਉਹਦੀ ਤਾਂ ਜ਼ਿੰਦਗੀ ਖਰਾਬ ਆ ਕੁੜੀ ਦੀ ਵੀ ਕਰ ਦਿੰਦੇ ਖਰਾਬ ਫੜ ਕੇ ਇੱਦਾਂ ਹੀ ਹੁੰਦੀ ਆ ਹੁਣ ਜਿੱਦਾਂ ਮੰਨ ਲਓ ਐਕਸਪਲੇਨ ਨਾ ਕਰੀਏ ਹੁਣ ਛੱਡ ਪਰਾਂ ਐਵੇਂ ਕੋਈ ਮਾੜਾ ਕੋ ਮੂੰਹੋਂ ਨਿਕਲ ਗਿਆ ਅਤੇ ਜਨਤਾ ਨੇ ਉਹੀ ਪੁਆਇੰਟ ਫੜਨਾ ਜੇ ਮੈਂ ਸਮਝਾਇਆ ਉਹ ਪੁਆਇੰਟ ਨਹੀਂ ਫੜਨਾ ਜੋ ਮੈਂ ਮਾੜਾ ਜਿਹਾ ਕੁਛ ਕਿਸੇ ਨੂੰ ਲੱਗਾ ਨਾ ਉਹਨਾਂ ਕਹਿਣਾ ਨਹੀਂ ਜੀ ਤੂੰ ਇੱਦਾਂ ਤੂੰ ਉੱਦਾਂ ਤਾਂ ਕਰਕੇ ਠੀਕ ਆ ਵਧੀਆ ਸਾਰੇ ਵਧੀਆ ਜੀ ਸਿੱਧੇ ਹੀ ਚੱਲੀ ਗਏ ਬਾਹਰੋਂ ਬਾਹਰ ਹੀ ਚਲੋ ਠੀਕ ਹੈ ਕਿ ਨਹੀਂ ਇੰਨਾ ਕੁ ਮੈਂ ਸਮਝਾ ਦਿੰਦਾ ਨਾ ਵਧੀਆ ਕਿ ਨਹੀਂ ਸਮਝਦਾ ਨਾ ਮੈਂ ਮਤਲਬ ਜੇ ਤੁਸੀਂ ਗੁੱਸੇ ਚ ਹੁੰਦੇ ਮੈਂ ਚੁੱਪ ਹੋ ਜਾਂਦੀ ਜੇ ਮੈਂ ਗੁੱਸੇ ਚ ਚੁੱਪ ਹੋ ਜਾ ਬਸ ਇੱਕ ਬੰਦੇ ਨੂੰ ਚੁੱਪ ਰਹਿਣਾ ਪੈਂਦਾ ਫੇ ਆਪੀ ਥੋੜੇ ਟਾਈਮ ਬਾਅਦ ਨਾ ਉਹ ਚੀਜ਼ ਸੋਲਵ ਹੋ ਜਾਂਦੀ ਹੈ ਉਹ ਗੁੱਸਾ ਤਾਂ ਆਉਂਦਾ ਹੀ ਆ ਹਰੇਕ ਨੂੰ ਆਉਂਦਾ ਹੈ ਮਾੜਾ ਮੋਟਾ ਚੱਲਦੀਆਂ ਰਹਿੰਦੀਆਂ ਆ ਇਹ ਜਨਾਬ ਜੀ ਜਦੋਂ ਬਾਹਰੋਂ ਕੰਮ ਕਰਕੇ ਕਰਕੇ ਆਉਂਦੇ ਆ ਨਾ ਉਦੋਂ ਬਹੁਤ ਗੁੱਸੇ ਚ ਆਉਂਦੇ ਆ ਘਰ ਆ ਕੇ ਫਿਰ ਬਾਅਦ ਚ ਦੀ ਚੁੱਪ ਚਾਪ ਛੋੜ ਕੇ ਪਤਾ ਆ ਵੀ ਬਾਹਰੋਂ ਆਇਆ ਬੰਦਾ ਗੁੱਸਾ ਚੜਿਆ ਆ ਕੰਮਾਂ ਦੇ ਕੰਮ ਦੀਆਂ ਟੈਨਸ਼ਨਾਂ ਚ ਆਏ ਆ ਬੰਦਾ ਖੱਜਲ ਖਰਾਬ ਹੋ ਗਏ ਬਾਕੀ ਜੀ ਚੰਗਾ ਜੀ ਸਵੇਰੇ ਮਿਲਦੇ ਆ ਜੀ ਹੁਣ ਬਾਏ ਬਾਏ ਸਵੇਰੇ ਮਿਲਦੇ ਆ ਹੁਣ ਡਰਾਈਵਰੀ ਕਰਦੇ ਆ ਨਾ ਰਾਤ ਨੂੰ ਉੱਦਾਂ ਮੈਂ ਜਦੋਂ ਡਰਾਈਵਰੀ ਕਰਾਂ ਚੁਕੰਨੇ ਹੋ ਗਏ ਉਹ ਨਿਗਾਹ ਹੁੰਦੀ 100 ਸੈਂਟੀਮੀਟਰ ਤੱਕ ਕੱਲ੍ਹ ਹੋ ਸਕਿਆ ਤਾਂ ਤੁਹਾਨੂੰ ਨਾ ਮੰਦਰ ਦੇ ਵਿੱਚ ਜਿਹੜੀ ਜਨਮ ਅਸ਼ਟਮੀ ਮਨਾਉਂਦੇ ਹੁੰਦੇ ਜੋ ਵੀ ਮੈਨੂੰ ਇੰਨੀ ਨੌਲੇਜ ਨਹੀਂ ਆ ਭਾਅ ਜੀ ਕਹਿੰਦਾ ਉੱਥੇ ਸਾਡੇ ਮਨਾਉਂਦੇ ਆ ਮਤਲਬ ਹਰ ਮੰਦਰ ਦੇ ਵਿੱਚ ਅਤੇ ਉੱਥੇ ਜਿਹੜਾ ਆ ਕਹਿੰਦੇ ਤੁਹਾਨੂੰ ਦਿਖਾਵਾਂਗੇ ਮੈਨੂੰ ਤਾਂ ਪਤਾ ਨਹੀਂ ਆ ਅਤੇ ਕੱਲ੍ਹ ਤੁਹਾਨੂੰ ਮੈਂ ਉਹ ਵੀ ਦਿਖਾਊਂਗਾ ਕੱਲ੍ਹ ਮਿਲਦੇ ਹਾਂ ਆਪਾਂ ਬਾਏ ਬਾਏ ਧੰਨਵਾਦ ਵੀਡੀਓ ਕਿੱਦਾਂ ਨਹੀਂ ਲੱਗੀ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਬਾਕੀ ਫੈਮਿਲੀ ਵਾਲੀ ਵੀਡੀਓ ਮੈਂ ਹੁਣ ਵਿੱਚ ਵਿੱਚ ਇੱਕ ਅੱਧੀ ਵਿੱਚ ਪਾ ਦਿੰਦਾ ਜਦੋਂ ਫੈਮਿਲੀ ਜਦੋਂ ਮੈਂ ਬਣਾ ਪਹਿਲਾਂ ਮੈਂ ਬਣਾਉਣਾ ਹਟ ਗਿਆ ਸੀਗਾ ਬਿਲਕੁਲ ਹੀ ਜਾਂਦਾ ਸੀਗਾ ਬਣਾਉਂਦਾ ਨਹੀਂ ਸੀਗਾ ਹੁਣ ਮੈਂ ਮਾੜੀ ਮਾੜੀ ਬਣਾਉਣ ਲੱਗ ਪਿਆ ਬਾਕੀ ਆਪਣੀ ਰਾਹ ਕਮੈਂਟਾਂ ਵਿੱਚ ਜ਼ਰੂਰ ਦਿਆ ਕਰੋ ਅਤੇ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਚੰਗਾ ਜੀ